सत श्री अकाल सारे किसान भरावां नूं, सारे जिमीदार भरावां नूं सत श्री अकाल। आओ अज दी वीडियो च आपां तुहाडे नाल फिर गल करदे हां न्यू आइलैंड स्पैशल एडिशन 3630 ते। जिस तरीके नाल ट्रैक्टर अपने को खेत दे विच खड़ा वा, ये खेत दे विचों मशीन दे नाल मिट्टी पुट्टी हुई आ, JCB दे नाल नहीं पुट्टी हुई, जिहनूं आपां इक नॉर्मल भाषा दे विच कहिंदे आ वी पटे वाली मशीन दे नाल मिट्टी पुट्टी हुई आ। बिल्कुल सख्त खेत आपां वेख सकदे हां, ठीक है जी। ये नहीं है कि खेत वत्तर आ, बिल्कुल सख्त खेत आ, लाल मिट्टी आ, ठीक है जी। इस खेत दे विच लवांगे ट्राई ट्रैक्टर की, पहला भी यह ट्रैक्टर की आपां ट्राई लई जो कंपनी फिटड ही, हर वार की तरह यह ट्रैक्टर दे विच भी कोई नुकस नहीं किस तरह का भी हैगा, सिर्फ आपां नूं पावर वध की लोड़ तां करनी पई मॉडिफिकेशन, ठीक है जी। बिल्कुल नवे फल मतलब हालां दे नाल फाले लगे हुए आ, इहो हालां ही जिद्दण इहदी पहला कंपनी फिटड ते ट्राई लई ही। वीर जी उहनां नूं पुछदे आ भी खेत दे विचों ट्रैक्टर किद्दां दा चलिया वा, और दूजी गल वीर जी उहनां नूं पुछदे चंडीगढ़ तों जिन्हां नूं किन्ने टाइम तों इहनां ने बुकिंग कराई ही, किहड़े महीने च कराई ही, ते दो वार वीर होणी चंडीगढ़ तों जिहड़े इत्थे आए ही, ते कम ज़्यादा होण करके फिर जिन्ना जिद्दां टाइम लगदा उवें उवें नंबर मिलदा, ठीक है जी। आपां गल करावांगे वीर जी उहनां नाल, पहलां तुहानूं चंदो माजरे वाले नाल, फिर कराउंदे आ ट्रैक्टर वाले नाल गल, ठीक है जी। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਤੇ ਕੀ ਨਾਮ ਭਰਾ ਦਾ? ਸ਼ੁਭ ਹਰਿੰਦਰ ਸਿੰਘ ਵੀਰੇ। ਹਰਿੰਦਰ ਸਿੰਘ, ਪਿੰਡ ਚੰਦੋ ਗੋਬਿੰਦਗੜ। ਚੰਦੋ ਗੋਬਿੰਦਗੜ, ਤੇ ਮਾਜਰਾ ਵੀ ਉਹਨੂੰ ਕਹਿੰਦੇ ਆ? ਨਹੀਂ ਨਹੀਂ, ਗੋਬਿੰਦਗੜ ਹੈ ਮੇਰੇ ਨਾਮ ਦਾ ਪਿੰਡ। ਅੱਛਾ, ਤੇ ਉਹ ਮਾਜਰਾ ਲਿਖਾ ਕੇ ਗਏ ਸੀ? ਮਾਜਰਾ ਕਾਹਨੂੰ, ਚੰਦੋ ਗੋਬਿੰਦਗੜ ਹੀ ਲਿਖਾ ਕੇ ਗਏ। ਅੱਛਾ, ਚੰਦੋ ਗੋਬਿੰਦਗੜ ਹੀ ਆਪਾਂ ਮਾਜਰਾ ਲਿਖੀ ਗਏ ਫਿਰ, ਠੀਕ ਆ। ਤੇ ਕਿਹੜੇ ਮਹੀਨੇ ਦੇ ਵਿੱਚ ਆਪਾਂ ਬੁਕਿੰਗ ਕਰਾਈ ਸੀ ਟਰੈਕਟਰ ਆਪਣੇ ਦੀ ਜਿਹੜੇ ਵਰਕਰ? 8ਵੇਂ ਮਹੀਨੇ ਚ ਵੀਰੇ। 8ਵੇਂ ਮਹੀਨੇ ਚ, ਤੇ ਅੱਜ ਆਪਾਂ ਖੇਤ ਚ ਤਿੰਨਾਂ ਟਰੈਕਟਰਾਂ ਦੀ ਟਰਾਈ ਲਈ ਚਵਾਂ ਦੀ। ਹਾਂਜੀ, ਕਿੱਦਾਂ ਲੱਗਾ ਤੁਹਾਨੂੰ? ਵੀ ਅੱਜ ਤਾਂ ਜੀ ਵੀਰੇ ਅੱਤ ਕਰਾਤੀ ਟਰੈਕਟਰ ਨੂੰ। ਕੋਈ ਵੀਡੀਓ ਫੇਕ ਹੋਵੇ? ਨਹੀਂ, ਬਿਲਕੁਲ ਫੇਕ ਨਹੀਂ ਵੀਰੇ। ਉਦਣ ਆਪਾਂ ਵਗੇ ਖਿੱਚ ਟਰਾਈ ਲਈ ਜਿੱਦਣ ਕੰਪਨੀ ਫਿਟਡ ਆਏ ਕਿ ਜਾਂ ਇੱਥੇ ਲਈ ਸੀ? ਉਦਣ ਆਪਾਂ ਨੇ ਜੀ ਤੱਪੜ ਖਿੱਚ ਤੋੜ ਲਿੱਤੀ ਟਰਾਈ ਜੀ ਉਦਣ। ਵਗੇ ਖੇਤ ਦੇ ਵਿੱਚ ਟਰਾਈ ਲਈ ਜਿੱਦਣ ਆਪਾਂ? ਅੱਜ ਅੱਜ ਵੀ ਅੱਜ ਤੱਪੜ ਖਿੱਚ ਲਈ ਹੈ ਜੀ ਆਪਾਂ, ਠੀਕ ਆ। ਤੇ ਕਰਦੇ ਆ ਗੱਲ ਇਹਨਾਂ ਦੇ ਵੀਰ ਜੀ ਉਹਨਾਂ ਦੇ ਟਰੈਕਟਰ ਆਏ ਸਾਡੇ ਕੋਲ 963 ਅਰਜਨ ਤੇ ਜੌਂਡੀਅਰ 4x4 ਜਿਹਨੂੰ ਤੁਸੀਂ ਵੇਖਣ ਦੇ ਵੀ ਇੱਕ ਅਫਲਾਤੂਨ ਟਰੈਕਟਰ ਦੀ ਵੀਡੀਓ ਵੇਖੀ ਤੁਸੀਂ ਇੰਸਟਾਗ੍ਰਾਮ ਤੇ, ਯੂਟਿਊਬ ਤੇ ਵੇਖਣ ਨੂੰ ਮਿਲੂਗੀ, ਬਿਲਕੁਲ ਸਿਰਾ ਕਰਾਇਆ ਪਿਆ ਵਾ। ਤੇ ਗੱਲ ਕਰਦੇ ਵੀਰ ਜੀ ਹੁਣਾਂ ਨਾਲ, ਤੇ ਇਹਨਾਂ ਨਾਲ ਕੀ ਰਿਸ਼ਤੇਦਾਰੀ ਆਪਣੀ ਜਿਹਨਾਂ 36 ਦੀ ਟਰੈਕਟਰ ਆਪਣਾ? ਉੱਧਰ ਆਪਣਾ ਜੀ ਉਹ ਬਾਈ ਸਾਡੂ ਲੱਗਦਾ ਜੀ ਆਪਣਾ, ਠੀਕ ਆ ਸਰ। ਹਾਂਜੀ, ਤੇ ਪੁੱਛਦੇ ਵੀਰ ਜੀ ਹੁਣਾਂ ਨੂੰ ਕਿਹੜਾ ਪਿੰਡ ਹੈ, ਚਾਰੇ ਟਰੈਕਟਰ ਇਕੱਠੇ ਲੈ ਕੇ ਆਏ ਵੀਰ ਜੀ ਹੁਣੀ, ਠੀਕ ਆ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਕੀ ਨਾਮ ਆ ਭਰਾ ਦਾ? ਸ਼ੁਭ ਹਰਿੰਦਰ ਸਿੰਘ ਜੀ। ਹਰਿੰਦਰ ਸਿੰਘ ਜੀ, ਆਪਣਾ ਪਿੰਡ? ਪਿੰਡ ਭੂਆ ਖੇੜੀ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ। ਪਿੰਡ ਭੂਆ ਖੇੜੀ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਸਰਹੰਦ। ਹਾਂਜੀ। ਤੇ ਕਿਹੜਾ ਮਾਡਲ ਟਰੈਕਟਰ ਭਰਾ ਦਾ? ਇਹ 2020 ਮਾਡਲ ਹੈ ਜੀ। 2020 ਮਾਡਲ, ਕਿੰਨੇ ਘੰਟੇ ਚੱਲਿਆ ਜੀ ਟਰੈਕਟਰ? ਇਹ 1600 ਘੰਟੇ ਚੱਲ ਗਿਆ ਜੀ। ਅੱਛਾ, 1600 ਘੰਟੇ ਟਰੈਕਟਰ ਚੱਲਿਆ ਵਾ। ਹਾਂਜੀ। ਤੇ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ ਤੁਸੀਂ ਚਲਾ ਕੇ? ਆਪ ਵੀ ਚੈੱਕ ਕੀਤਾ ਤੇ ਅਸੀਂ ਵੀ ਡੇ ਕਹਿੰਦੇ, ਵੀਡੀਓ 'ਚ ਵੇਖਣ ਨੂੰ ਮਿਲ ਜਾਣਾ। ਹਾਂਜੀ, ਅੱਜ ਤਾਂ ਇਹਦਾ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ, ਉਦੋਂ ਤਾਂ ਇਹ ਸਾਡੇ ਕੋਲ ਤਾਂ ਇੱਕ ਡਿੰਗ ਨਹੀਂ ਸੀ ਪੱਟੀ, ਇਹਨੇ ਅੱਗੇ ਬੰਦ ਹੋਈ ਜਾਂਦਾ ਸੀ। ਇੱਥੇ ਟਰਾਈ ਲਈ ਸੀ ਨਾ ਆਪਾਂ? ਹਾਂਜੀ ਹਾਂਜੀ। ਇਹਨਾਂ ਹੱਲਾਂ ਤੇ ਵਾਇਆ ਹੋਇਆ ਖੇਤ ਸੀਗਾ ਜੀ ਉਹ ਪਹਿਲਾਂ। ਅੱਛਾ ਜੀ। ਇਹ ਹੁਣ ਤੱਪੜ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ ਜੀ, ਠੀਕ ਹੈ, ਧੁਆਂ ਨਹੀਂ ਦਿਖਾ ਰਿਹਾ। ਬਾਕੀ ਲੈਣ ਲੱਗੇ ਆ ਟਰਾਈ, ਬਿਲਕੁਲ ਨਵੇਂ ਫਾਲੇ ਆ, ਜ਼ਿਆਦਾ ਲੰਬੀ ਨਹੀਂ ਵੀਡੀਓ ਬਣਾਵਾਂਗੇ, ਵੀ ਇਹਨੇ ਕਿੰਨੀ ਕੁ ਪਾਵਰ ਪ੍ਰੋਡਿਊਸ ਕਰਦਾ ਆਪਣੀ ਟਰੈਕਟਰ, ਠੀਕ ਆ ਜੀ। ਟਰਾਈ ਲਾਉਣ ਲੱਗਿਆਂ ਇਹ ਨਹੀਂ ਵੀ ਟਰੈਕਟਰ ਆਪਾਂ ਕੋਈ ਭੰਨ ਤੋੜ ਕਰਦੇ ਹਾਂ, ਸਿਰਫ ਉਹਦੀ ਪਾਵਰ ਚੈੱਕ ਕਰਨ ਵਾਸਤੇ ਥੋੜ੍ਹੀ ਬ੍ਰੇਕ ਟੈਸਟਿੰਗ ਕਰਨੀ ਪੈਂਦੀ ਨਾਲ ਵੀ ਕਿੰਨੀ ਪਾਵਰ ਡਾਊਨ ਕਰਦਾ ਟਰੈਕਟਰ, ਠੀਕ ਆ ਜੀ। ਅਤੇ ਵੇਨੇ ਕਿੱਦਾਂ ਦਾ ਚੱਲਦਾ? ਇੱਕ ਸਾਡੇ ਕੋਲ ਫਿਰ ਕੰਪਨੀ ਫਿਟਡ ਆਇਆ 36 ਦੀ, ਉਹਨੂੰ ਵੀ ਕਰਦੇ ਹਾਂ ਚੈੱਕ ਨਾਲ ਹੀ। ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ। Thank you.
ਜਿਹੜੀ ਟਰੈਕਟਰ ਆਪਣੀ ਲਾ ਰਿਹਾ ਵਾ ਬਿਲਕੁਲ 2000 ਆਰਪੀਐਮ ਦੇ ਟਰੈਕਟਰ ਚੱਲ ਰਿਹਾ ਇਸ ਟਾਈਮ ਬਿਲਕੁਲ ਸਖ਼ਤ ਖੇਤ ਆ ਸਲੈਂਸਰ ਵੀ ਕੰਪਨੀ ਫਿਟਡ ਆ ਇਹ ਨਹੀਂ ਹੈਗਾ ਕਿ ਸਲੈਂਸਰ ਜਿਹੜਾ ਚੇਂਜ ਕੀਤਾ ਹੋਇਆ ਵਾ ਧੱਕਾ ਜ਼ਿਆਦਾ ਬਿਲਕੁਲ ਸਖ਼ਤ ਖੇਤ ਦੇ ਵਿੱਚ ਜਿਹੜੀ ਆ ਟਰੈਕਟਰ ਆਪਣੀ ਪਾਵਰ ਦਿਖਾ ਰਿਹਾ ਵਾ ਟਾਇਰਾਂ ਦੀ ਸਲਿਪਿੰਗ ਕਿੰਨੀ ਆ ਉਹ ਵੀ ਆਪਾਂ ਵੇਖ ਸਕਦੇ ਹਾਂ ਆਪਾਂ ਦੂਜਾ ਗਏ ਟਰੈਕਟਰ ਦਾ ਸਾਹ ਪਹਿਲਾਂ ਦੂਜਾ ਦੂਜਾ ਬਣਦਾ ਨਹੀਂ ਹੈਗਾ ਪਰ ਟਰਾਈ ਲੈਣ ਵਾਸਤੇ ਆਪਾਂ ਨੂੰ ਲਾਉਣਾ ਪੈਂਦਾ ਹੁਣ ਪਹਿਲਾਂ ਜਿਹੜਾ ਨੋਰਮਲ ਰੇਸ ਇਹ ਦੂਜਾ ਫਿਰ ਲਾਵਾਂਗੇ ਪਹਿਲਾਂ ठीक है Thank you.
सब तो पहला चेक कराने तुहानू गर्म ट्रैक्टर ने टैंपरेचर किन्ना लिया वा खेत किदां दा ट्रैक्टर चलिया आपां वेख लिया फुल धक्का कीता ट्रैक्टर ने इदां चलाउणा नहीं हुंदा लियाओ और ना ही इन्ने सख्त खेत चलाउणा हुंदा और ना इन्नियां हल्लां ला के चलाउणा हुंदा वा पर ट्रैक्टर की पीटीओ पावर हर पावर जिहड़ी ट्रैक्टर की वधूगी गर्म टैंपरेचर वेख सकदे आ वीर जी उन्हां नूं पुछ लैणे आ। हाँ जी वीर जी किन्ना क टैंपरेचर है ट्रैक्टर का? नॉर्मल है जी बिल्कुल। अगे भी इत्थे रहिंदा कि जां इत्थे ही रहिंदा जी? ठीक है ते किदां दा चलन रिहा खेत च ट्रैक्टर किन्ना क फर्क लगा तुहानूं? बहुत वीरे बहुत जी सिरा कराता अत हो गई। वेखो जी रूटर पंप ने हाँ जी पहले दिन आए सीगे तां अपने ट्रैक्टर ने 5 फुट अगे तक नहीं हल खिंचे सीगे। ठीक आ हाँ जी ते अज अज तां जी देखो सारा तप्पड़ खेत वाह के रखता आपां ने। इह नहीं हैगा कि फुल रेस ते ट्राई ली आ कदी कदी विच मन आई कीती आ पर आपां ਤੁਸੀਂ ਕਿੰਨੀ ਰੇਸ ਤੇ ਵਾਹ ਕੇ ਵੇਖਿਆ ਕਿ ਟ੍ਰੈਕਟਰ? ਅਸੀਂ ਜੀ ਜਦੋਂ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਅੱਜ ਹਾਂਜੀ 1800 ਚੱਕਰਾਂ ਤੇ 2000 ਤੇ ਵਾਇਆ। ਅੱਛਾ ਜੀ ਤੇ ਪਹਿਲਾਂ ਵੀ ਜਦੋਂ ਅਸੀਂ ਸਗੋਂ ਇਹ 13 ਦੇ ਹਲ ਨੇ। ਅੱਛਾ ਜੀ ਸਾਡੇ ਕੋਲ ਘਰੇ 11 ਦੇ ਹਲ ਨੇ। ਠੀਕ ਆ ਉਹਨਾਂ ਤੇ ਐਵੇਂ ਚੱਲਿਆ ਨਹੀਂ ਹੈਗਾ। ਠੀਕ ਆ ਹਾਂਜੀ ਪੂਰਾ ਵਧੀਆ ਚੱਲ ਰਿਹਾ? ਪੂਰਾ ਵਧੀਆ ਜੀ ਪੂਰਾ ਵਧੀਆ। ਠੀਕ ਆ ਸਰ ਜੀ ਬਾਕੀ ਤੁਹਾਡਾ ਆਪਣਾ ਚੈਨਲ ਆ ਜੱਗਾ ਟ੍ਰੈਕਟਰ ਬੌਸ ਤੇ ਜੱਗਾ ਟ੍ਰੈਕਟਰ।